ਬਿਲਕੁਲ ਸਾਹਮਣੇ ਬੈਠੇ ਅਤੇ ਤਵੱਜੋ ਤੁਹਾਡੀ ਸਾਡੇ ਵੱਲ ਨਿਗਣ ਸੁਖ ਸਹਿਜ ਨਿਧਾਨ
Thank you.
ਧਰਮ ਦੇ ਖੇਤਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਅਜੀਬ ਗੱਲ ਹੈ ਆਪਣੀ ਸੋਚ ਆਪਣੇ ਤਜਰਬੇ ਆਪਣੀ ਸੂਝ ਆਪਣੀ ਗਿਆਨ ਦੇ ਮੁਤਾਬਕ ਸਮਝ ਦੇ ਮੁਤਾਬਕ ਧਰਮ ਦੀ ਚੋਣ ਕਰਦਾ ਹੈ। ਕੜੀ ਬੜੀ ਅਜੀਬ ਗੱਲ ਹੈ, ਚੋਣ ਕਰਨੀ ਕਿਸੇ ਚੀਜ਼ ਦੀ ਵੀ ਹੋਵੇ, ਕਿਸੇ ਵਸਤੂ ਦੀ ਚੋਣ ਕਰਨੀ ਹੋਵੇ ਤਾਂ ਉਸ ਸੰਬੰਧੀ ਇੱਕ ਨਿਯਮ ਤੇ ਲਾਗੂ ਹੁੰਦਾ ਹੈ ਨਾ, ਵੀ ਉਸ ਵਸਤੂ ਪ੍ਰਤੀ ਉਹ ਬਹੁਤ ਕੁਛ ਜਾਣਦਾ ਹੋਵੇ ਤਾਂ ਹੀ ਚੋਣ ਕਰ ਸਕਦਾ। ਅਜੇ ਧਰਮ ਵਿੱਚ ਪ੍ਰਵੇਸ਼ ਕਰਨਾ, ਧਰਮ ਅਪਣਾਉਣਾ, ਮਨੁੱਖ ਸੋਚਦਾ ਨਾ ਮੈਂ ਕਿਹੜਾ ਧਰਮ ਅਪਣਾਉਣਾ, ਭਲਿਆ ਤੂੰ ਕਿਵੇਂ ਅੰਦਾਜ਼ਾ ਲਗਾ ਲਏਗਾ, ਕਿਵੇਂ ਫੈਸਲਾ ਕਰ ਲਏਗਾ ਕਿਹੜਾ ਧਰਮ ਅਪਣਾਉਣਾ। ਧਰਮ ਪ੍ਰਤੀ ਤਾਂ ਤੂੰ ਅਜੇ ਪ੍ਰਵੇਸ਼ ਕਿਆ ਮੰਗਣਾ, ਨਤੀਜਾ ਇਹ ਕਿ ਧਰਮਾਂ ਦੀ ਗਿਣਤੀ ਵੱਧ ਗਈ, ਧਰਮਾਂ ਦੀ ਵਰਾਇਟੀ ਵੱਧ ਗਈ। ਨਿਰੀ ਧਰਮਾਂ ਦੀ ਨਹੀਂ, ਧਰਮ ਅਸਥਾਨਾਂ ਦੀ ਵਰਾਇਟੀ ਵੱਧ ਗਈ, ਉਹਦੀ ਬਣਤਰ ਵਿੱਚ ਅੰਤਰ ਆ ਗਿਆ। ਬਾਹਰੋਂ ਖਲੋ ਕੇ ਹੀ ਅਸੀਂ ਕਿਸੇ ਅਸਥਾਨ ਦੀ ਬਣਤਰ ਦੇਖ ਕੇ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਮਸਜਿਦ ਹੈ, ਮੰਦਰ ਹੈ, ਗੁਰਦੁਆਰਾ ਹੈ, ਸ਼ਿਵ ਦੁਆਲਾ ਹੈ, ਚਰਚ ਹੈ। ਇਹ ਵੱਖ ਵੱਖ ਰੂਪ ਸਾਰੇ ਕਿਉਂ ਬਣੇ? ਮੰਦਰ ਦਾ ਗੁੰਬਜ ਗੁਰਦੁਆਰੇ ਦੇ ਗੁੰਬਜ ਵਰਗਾ ਹੋ ਜਾਏ, ਕਿਉਂਕਿ ਮੈਨੂੰ ਸੁਭਾਇਆ ਬਾਣੀ ਨੂੰ ਸਮਝੀਏ ਗੱਲ ਕਿਉਂ ਲਿਖੀ। ਅੱਜ ਸਾਡੀ ਦੁੱਖ ਦੀ ਰਾਖ ਤੇ ਗੁਰੂ ਨੇ ਹੱਥ ਧਰਿਆ, ਨਬਜ਼ ਵੇਖਦੇ ਸਨ ਪੁਰਾਣੇ ਸਮੇਂ ਦੇ ਵੈਦ, ਬਾਜ਼ੂ ਤੇ ਨਬਜ਼ ਤੇ ਹੱਥ ਧਰਦੇ ਸਨ, ਅੰਦਰਲਾ ਰੋਗ ਪਛਾਣ ਲੈਂਦੇ ਸਨ। ਅੱਜ ਕੀ ਦੇਖ ਰਹੇ ਹੋ? ਜੋ ਜੋ ਦਿਸੇ ਸੋ ਸੋ ਰੋਗੀ, ਪਰਮ ਮੈਂ ਸੋਈ ਸਭ ਜਗਤ ਸਾਰਾ ਸੰਸਾਰ, ਤੰਦ ਅੰਗ ਸਾਰੀ ਰੋਗੀ ਨੇ, ਕੋਈ ਜਾਗ ਵਿਰਲਾ ਕੋਈ ਅਰੋਗ ਤੰਦਰੁਸਤ ਹੈ। ਇਹਦਾ ਰੋਗ ਕੀ ਹੈ? ਇਸ ਗੱਲ ਦੀ ਪਛਾਣ ਗੁਰੂ ਨੇ ਕੀਤੀ, ਨਬਜ਼ ਤੇ ਹੱਥ ਧਰਿਆ ਤੇ ਹੁਣ ਸਾਨੂੰ ਦੱਸਣਾ ਚਾਹੁੰਦਾ। ਪੁਰਾਤਨ ਵੈਦ ਨਬਜ਼ ਤੇ ਹੱਥ ਧਰਦੇ ਸਨ, ਫਿਰ ਰੋਗੀ ਨੂੰ ਦੱਸਦੇ ਸਨ ਤੈਨੂੰ ਆਹ ਤਕਲੀਫ ਹੈ, ਇਸ ਇਲਾਜ ਦੀ ਜ਼ਰੂਰਤ। ਗੁਰੂ ਨੇ ਸਾਡੀ ਦੁੱਖ ਦੀ ਰਾਗ ਤੇ ਨਬਜ਼ ਤੇ ਹੱਥ ਧਰਿਆ ਹੈ। ਕਹਿਣ ਲੱਗੇ ਮੈਂ ਦੇਖਣਾ ਅੱਜ ਮਨੁੱਖਤਾ ਦਾ ਸੰਸਾਰ ਦਾ ਦੁਖਾਂਤ ਕੀ ਹੈ, ਪੀੜਾ ਕੀ ਹੈ, ਦੁੱਖ ਕੀ ਹੈ। ਲੱਗੇ ਉਹ ਪੀੜਾ ਜਿਹੜੀ ਹੈ ਉਹਦਾ ਨਾਂ ਹੈ ਧਰਮ। ਬੜੀ ਅਜੀਬ ਗੱਲ ਹੋ ਗਈ, ਧਰਮ ਦਾ ਨਾਂ ਪੀੜਾ? ਧਰਮ ਦਾ ਨਾਂ ਤਾਂ ਸੁੱਖ ਹੋਣਾ ਚਾਹੀਦਾ, ਧਰਮ ਦਾ ਨਾਂ ਪੀੜਾ?
ਅੱਗੇ ਪੀੜਾ ਮੈਂ ਧਰਮ ਦਾ ਨਾਮ ਇਸ ਲਈ ਕਹਿਣਾ ਕਿਉਂਕਿ ਧਰਮ ਮਨੁੱਖ ਨੇ ਆਪਣੀ ਸਿਆਣਪ ਤੇ ਸਮਝ ਤੇ ਨਿਰਭਰ ਕਰ ਲਿਆ, ਉਹਦੀ ਚੋਣ ਮਨੁੱਖ ਨੇ ਕੀਤੀ ਹੈ ਤੇ ਹਰ ਮਨੁੱਖ ਦੀ ਸਮਝ ਦਾ ਆਪਣਾ ਆਪਣਾ ਮਿਆਰ ਹੈ। ਆਪ ਆਪਣੀ ਬੁੱਧ ਹੈ ਜੇਤੀ, ਹਰ ਕਿਸੇ ਬੁੱਧ ਸਮਝ ਆਪਣੀ ਹੈ। ਇਸ ਲਈ ਉਹਨੇ ਧਰਮ ਨੂੰ ਵੀ ਆਪਣੀ ਸਮਝ ਦੇ ਮੁਤਾਬਕ ਡਿਜ਼ਾਈਨ ਕਰ ਲਿਆ ਤੇ ਉਹਦੇ ਆਪਣੇ ਧਰਮ ਨੂੰ ਡਿਜ਼ਾਈਨ ਕਰਨ ਦੇ ਨਿਰਭਰ ਹੋਣ ਕਾਰਨ ਧਰਮ ਅਸਥਾਨਾਂ ਦਾ ਡਿਜ਼ਾਈਨ ਵੀ ਵੱਖਰਾ ਹੋ ਗਿਆ। ਧਰਮ ਵੀ ਵੱਖਰੇ ਵੱਖਰੇ ਹੋ ਗਏ ਕਿਉਂਕਿ ਬਹੁਤੇ ਲੋਕ ਨੇ ਹਰ ਕਿਸੇ ਦੀ ਆਪਣੀ ਸਮਝ ਆਇਆ, ਆਪਣਾ ਕਿਆਫਾ ਹੈ, ਆਪਣਾ ਕਿਆਫਾ ਹੈ। ਨਤੀਜਾ ਹੈ ਕਿ ਧਰਮ ਅਸਥਾਨਾਂ ਦੇ ਡਿਜ਼ਾਈਨ ਵੀ ਵੱਖਰੇ ਹੋ ਗਏ। ਜੇ ਗੁਰਦੁਆਰੇ ਦਾ ਗੁੰਬਜ ਮੰਦਰ ਦੇ ਗੁੰਬਜ ਨਾਲ ਮੇਲ ਖਾ ਜਾਏ ਬੜੀ ਪਰੇਸ਼ਾਨੀ ਹੋ ਜਾਏਗੀ, ਇਹਨੂੰ ਗੁਰਦੁਆਰਾ ਬਣਾਉਣਾ ਨਹੀਂ ਆਇਆ, ਇਹ ਤੇ ਦੂਰੋਂ ਮੰਦਰ ਹੀ ਦਿਸਦਾ, ਆਪਾਂ ਆਖਾਂਗੇ। ਜੇ ਚਰਚ ਦਾ ਰੂਪ ਕਿਸੇ ਮਸਜਿਦ ਦੇ ਗੁੰਬਜ ਵਰਗਾ ਬਣ ਜਾਏ ਤੇ ਲੋਕ ਆਖਣਗੇ ਹੈ ਇਹਨੂੰ ਚਰਚ ਬਣਾਉਣਾ ਹੀ ਨਹੀਂ ਆਇਆ, ਖੁਦਾ ਦਾ ਘਰ ਨਹੀਂ ਬਣਾਉਣਾ ਆਇਆ। ਮੈਂ ਕੇਵਲ ਐਗਜ਼ਾਮਪਲ ਦੇ ਕੇ ਅੱਗੇ ਤੁਰਨਾ ਚਾਹੁੰਦਾ। ਗੱਲ ਸੀ ਧਰਮ ਦੀ ਤੇ ਧਰਮ ਤੋਂ ਚੱਲਣੀ ਸੀ ਧਰਮੀ ਤੇ ਧਰਮੀ ਤੋਂ ਚੱਲਣੀ ਸੀ ਧਰਮ ਅਸਥਾਨਾਂ ਤੇ। ਬਹੁਤ ਵਰਾਇਟੀ ਹੋ ਗਈ ਧਰਮ ਤੋਖਲਾ ਬਣਿਆ ਹੋਇਆ, ਫਿਕਰ ਬਣਿਆ ਹੋਇਆ ਮੇਰਾ ਧਰਮ ਕਮਜ਼ੋਰ ਨਾ ਹੋ ਜਾਏ, ਮੇਰੇ ਧਰਮ ਨੂੰ ਖਤਰਾ ਹੈ। ਅਜੋਕੇ ਸੰਸਾਰ ਦੀ ਅੱਜ ਦੀ ਦੁਨੀਆ ਦਾ ਤੋਖਲਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ, ਜਿਹੜਾ ਵੀ ਧਰਮ ਉੱਠਦਾ ਉਹ ਇਹੋ ਫਿਕਰ ਹੈ ਮੇਰੇ ਧਰਮ ਤੇ ਕੋਈ ਹਮਲਾ ਨਾ ਹੋ ਜਾਵੇ, ਮੇਰਾ ਧਰਮ ਕਿਤੇ ਖਤਮ ਨਾ ਹੋ ਜਾਵੇ, ਇਹਦਾ ਨੁਕਸਾਨ ਨਾ ਹੋਵੇ, ਖਤਰਾ ਹੈ ਮੇਰੇ ਧਰਮ ਨੂੰ। ਔਰ ਕਦੀ ਇੱਕ ਕੌੜੀ ਸੱਚਾਈ ਸਮਝੋ, ਅੱਜ ਸਭ ਤੋਂ ਜ਼ਿਆਦਾ ਸਾਨੂੰ ਇਹ ਰੌਲਾ ਪਾਉਣ ਦਾ ਹੱਕ ਬਣਿਆ ਹੋਇਆ ਸੀ, ਕਹਿੰਦੇ ਸਾਡੇ ਧਰਮ ਨੂੰ ਬੜਾ ਖਤਰਾ ਹੈ, ਕਹਿੰਦੇ ਸੋਚਿਓ ਖਤਰਾ ਹਮੇਸ਼ਾ ਕਮਜ਼ੋਰ ਨੂੰ ਹੁੰਦਾ ਹੈ, ਬਲਵਾਨ ਨੂੰ ਕੋਈ ਖਤਰਾ ਨਹੀਂ ਹੁੰਦਾ। ਜਿੰਨੀ ਕਿਸੇ ਤੇ ਕਮਜ਼ੋਰੀ ਵੱਧਦੀ ਜਾਏਗੀ ਨਾ ਉਹਨਾਂ ਹੀ ਨੂੰ ਖਤਰੇ ਦਾ ਡਰ ਹੋਏਗਾ। ਜਿਹੜਾ ਆਤਮਕ ਤੌਰ ਤੇ ਬਲਵਾਨ ਹੋਵੇ ਉਹਨੂੰ ਕੋਈ ਖਤਰਾ। ਗੁਰੂ ਨੇ ਕਿਉਂ ਕਹਿ ਦਿੱਤਾ, ਕਹਿਣ ਲੱਗੇ ਯੋਗੀ ਕੋ ਕੈਸਾ ਡਰ ਹੋਏ, ਰੁੱਖ ਬਿਰਖ ਗ੍ਰਹਿ ਬਾਰਸ ਹੋਏ, ਕੋਈ ਡਰ ਨਹੀਂ ਹੁੰਦੇ, ਕੋਈ ਕੁਝ ਨਹੀਂ ਫਿਰ ਕੋਈ ਚਿੰਤਾ, ਦਰਖਤ ਦੇ ਥੱਲੇ ਸੁੱਤਾ ਪਿਆ, ਉਹਨੂੰ ਕੋਈ ਚੌਕੀਦਾਰ ਦਰਵਾਜ਼ੇ 'ਤੇ ਨਹੀਂ ਰੱਖੇ ਹੋਏ, ਵੱਡੇ ਵੱਡੇ ਕਿਲੇ ਨਹੀਂ ਹੁਣ ਸਾਰੇ, ਉਹਨੇ ਆਤਮਾ ਦੇ ਵਿੱਚ ਸੰਭਾਲ ਛੱਡਿਆ, ਇਹਦੇ ਕਿਲੇ ਵਿੱਚ ਉੱਥੋਂ ਕੌਣ ਕੋਈ ਲੈ ਜਾਏਗਾ। ਇੱਕ ਖਿਆਲ ਕਰਿਓ ਫਿਰ ਮੈਂ ਉੱਥੇ ਆਵਾਂ, ਇਹ ਹਮੇਸ਼ਾ ਕਮਜ਼ੋਰ ਨੂੰ ਖਤਰਾ ਹੁੰਦਾ, ਬਲਵਾਨ ਨੂੰ ਸ਼ਕਤੀਸ਼ਾਲੀ ਨੂੰ ਕੋਈ ਖਤਰਾ ਨਹੀਂ। ਪਰ ਜਦੋਂ ਕੋਈ ਧਰਮ ਦੇ ਨਾਮ ਥੱਲੇ ਇਹ ਆਵਾਜ਼ ਉਠਾਉਂਦਾ ਕਿ ਮੇਰੇ ਧਰਮ ਨੂੰ ਖਤਰਾ ਹੈ, ਮੇਰਾ ਧਰਮ ਬਰਬਾਦ ਨਾ ਹੋ ਜਾਏ, ਫਲਾਣੇ ਨੇ ਮੇਰੇ ਧਰਮ ਤੇ ਅਟੈਕ ਕੀਤਾ, ਮੈਂ ਆਪਣੇ ਧਰਮ ਨੂੰ ਬਚਾਉਣਾ, ਕਿੰਨੀ ਚਿੰਤਾ ਹੈ। ਮੈਂ ਰੋਜ਼ਾਨਾ ਜੀਵਨ ਵਿੱਚ ਹਮੇਸ਼ਾ ਐਗਜ਼ਾਮਪਲ ਸਰਨਰਸਾਂ ਦੀ ਕਹਿੰਦਾ ਕਿ ਮੇਰੇ ਧਰਮ ਨੂੰ ਖਤਰਾ ਹੈ, ਮੇਰੇ ਧਰਮ ਤੇ ਕੋਈ ਅਟੈਕ ਨਾ ਕਰੇ,
ਮੈਂ ਆਪਣੇ ਧਰਮ ਨੂੰ ਬਚਾਉਣ ਲਈ ਆਪਣੀ ਜਾਨ ਵਾਰ ਦਿਆਂ ਕਹਿੰਦੇ ਹਨ। ਪਰ ਕਦੀ ਸੋਚਿਆ ਕਿ ਮੇਰਾ ਧਰਮ ਇੰਨਾ ਕਮਜ਼ੋਰ ਹੈ? ਕਿਉਂਕਿ ਖਤਰਾ ਤਾਂ ਹਮੇਸ਼ਾ ਕਮਜ਼ੋਰ ਨੂੰ ਹੁੰਦਾ ਹੈ, ਬਲਵਾਨ ਨੂੰ ਤਾਂ ਹੁੰਦਾ ਹੀ ਨਹੀਂ। ਕਦੀ ਤੂੰ ਸੋਚਿਆ ਕਿ ਜਿਹੜਾ ਮੈਂ ਆਪਣੇ ਧਰਮ ਨੂੰ ਖਤਰੇ ਦੇ ਘੇਰੇ 'ਚ ਆਏ ਹੋਏ ਦਾ ਹਾਲ ਪਾ ਰਿਹਾ, ਕਦੀ ਇਹ ਵੀ ਸੋਚਿਆ ਕਿ ਮੇਰਾ ਧਰਮ ਇੰਨਾ ਕਮਜ਼ੋਰ ਹੈ ਅਤੇ ਹਰ ਪਾਸੋਂ ਖਤਰਾ ਹੀ ਖਤਰਾ ਹੈ, ਇੰਨਾ ਕਮਜ਼ੋਰ ਹੈ? ਲੋਕ ਕਈ ਵਾਰ ਇੰਨੀ ਗੱਲ ਸਮਝ ਲੈਣਾ ਕਿ ਮੇਰੇ ਧਰਮ ਵਿੱਚ ਕਮਜ਼ੋਰੀ ਕੀ ਹੈ ਅਤੇ ਮੈਨੂੰ ਆਪਣੇ ਧਰਮ ਦੇ ਖਤਮ ਹੋਣ ਦਾ ਡਰ ਹੈ, ਕਿਸੇ ਦੇ ਅਟੈਕ ਦਾ ਡਰ ਹੈ। ਕਰਮ ਜਿਹੜਾ ਉਹਨੇ ਧਰਮ ਪੈਦਾ ਕਰਨਾ ਹੈ, ਧਰਮ ਅਤੇ ਕਰਮ ਦਾ ਆਪਸ ਵਿੱਚ ਰਿਸ਼ਤਾ ਹੈ, ਧਰਮ ਨੇ ਕਰਮ ਕਰਾਉਣਾ। ਮੈਂ ਇੱਕ ਵਾਰ ਕੀਤੀ ਸੀ ਕਿ ਕਰਮ ਦਰਮਿਆਨ ਵਿੱਚ ਖਲੋਤਾ ਹੈ, ਇੱਕ ਪਾਸੇ ਭਰਮ ਹੈ ਇੱਕ ਪਾਸੇ ਧਰਮ ਹੈ, ਕਰਮ ਦਰਮਿਆਨ ਵਿੱਚ ਹੈ। ਜੇ ਉਹ ਇੱਧਰ ਜੁੜਦਾ ਹੈ ਤਾਂ ਉਹਦਾ ਕਰਮ ਭਰਮ ਬਣ ਜਾਂਦਾ, ਜੇ ਤੂੰ ਅਸੀਂ ਕਰਮ ਕਾਂਡ ਰੱਖਦੇ ਹਾਂ ਜੇ ਇੱਧਰ ਜੁੜਦਾ ਤਾਂ ਕਰਮ ਭਰਮ ਬਣ ਜਾਂਦਾ, ਜਦੋਂ ਇੱਧਰ ਜੁੜਦਾ ਤਾਂ ਕਰਮ ਧਰਮ ਬਣ ਜਾਂਦਾ। ਇੱਕ ਹੋਰ ਖਿਆਲ ਕਰਿਓ, ਗੁਰਬਾਣੀ ਹਰ ਗੱਲ ਦਾ ਜਵਾਬ ਦਿੰਦੀ ਹੈ। ਕਹਿੰਦੇ ਨੇ ਕਰਮ ਜਦੋਂ ਧਰਮ ਵਾਲੇ ਪਾਸੇ ਜੁੜਦਾ ਉਦੋਂ ਸਮਝ ਲਓ ਉਹ ਕਰਮ ਜਿਹੜਾ ਗੁਰੂ ਕਰਾ ਰਿਹਾ। ਗੁਰਬਾਣੀ ਨੇ ਆਖਿਆ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਗੁਰਬਾਣੀ ਸਤਿਗੁਰੂ ਪੂਰਾ ਜਿਹੜਾ ਉਹ ਮਨੁੱਖ ਨੂੰ ਧਰਮ ਕਰਮ ਕਰਾਉਂਦਾ ਹੈ, ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਉੱਥੇ ਧਰਮ ਨਾਲ ਕਰਮ ਜੋੜਿਆ, ਪਰਮ ਨਹੀਂ ਜੋੜਿਆ, ਬਲਕਿ ਇੱਥੋਂ ਤੱਕ ਹੈ ਤਪ ਧਰਮ ਕਰਾਏ ਕਰਮ ਧੁਰੋਂ ਫੁਰਮਾਇਆ, ਰੱਬ ਦਾ ਹੁਕਮ ਕੀ ਹੈ, ਮਾਲਕ ਦਾ ਨਿਯਮ ਕੀ ਹੈ ਕਿ ਤੇਰੇ ਕਰਮ ਜਿਹੜੇ ਨੇ ਉਹ ਧਰਮ ਕਰਾਵੇ। ਕਰਮੇ ਤਾਂ ਕਰਮ ਨੇ, ਧਰਮੀ ਕਿਸੇ ਧਰਮੀ ਮਨੁੱਖ ਦੀ ਨਿਸ਼ਾਨੀ ਕੀ ਹੈ? ਆਪਾਂ ਸੰਸਾਰ ਅੰਦਰ ਇੱਕ ਮਨੁੱਖ ਬਣ ਕੇ ਜੀਵ ਰਹੇ ਨਾ ਅਸੀਂ, ਤੇ ਆਪਣੀ ਗੱਲ ਦਾ, ਆਪਣੇ ਧਰਮ ਦਾ, ਆਪਣੀ ਵਿਚਾਰਧਾਰਾ ਦਾ, ਹਰ ਕਿਆਫੇ ਦਾ ਅੰਦਾਜ਼ਾ ਕਿਆਫਾ ਜਿਹੜਾ ਅਸੀਂ ਆਪਣੇ ਤੋਂ ਲਗਾਉਣਾ। ਅਸੀਂ ਆਖਦੇ ਹਾਂ ਫਲਾਣਾ ਆਦਮੀ ਬੜਾ ਮਨਮੁੱਖ, ਬੜਾ ਗੁਨਾਹਗਾਰ, ਬੜਾ ਪਾਪੀ, ਕਿਉਂ? ਉਹਦੇ ਕੋਲ ਚਿਹਰੇ 'ਤੇ ਲਿਖਿਆ ਹੋਇਆ, ਉਹਨੇ ਕੋਈ ਆਪਣੇ ਚਿਹਰੇ 'ਤੇ ਲੇਬਲ ਲਗਾਇਆ ਕਿ ਮੈਂ ਪਾਪੀ ਹਾਂ। ਇੱਕ ਵਾਰ ਕਿਸੇ ਚੋਰ ਨੇ ਕਦੀ ਨਹੀਂ ਲਿਖਿਆ ਚੋਰ ਦਾ ਹੈ, ਪਾਪੀ ਦਾ ਕੀ ਪਤਾ ਲੱਗਦਾ? ਇੱਕ ਪੁੰਨੀ ਹੈ, ਇੱਕ ਧਰਮੀ ਹੈ, ਪੂਰਨ ਗੁਰ ਸਿੱਖ ਹੈ, ਮਹਾਨ ਆਤਮਾ ਹੈ, ਉਹਦੇ ਕੋਲ ਮੱਥੇ 'ਤੇ ਲਿਖਿਆ ਹੋਇਆ। ਉਹਦੇ ਕਰਮ ਦੱਸਦੇ ਨੇ, ਬਸ ਮਸਲਾ ਤਾਂ ਇਹ ਹੈ ਕਰਮ ਇੱਕ ਪ੍ਰਗਟਾਵਾ ਨੇ ਜੀਵਨ ਦਾ, ਇਹ ਗੁਨਾਹਗਾਰ ਹੈ ਕਿ ਇਹ ਧਰਮੀ ਹੈ। ਇਸ ਲਈ ਗੁਰੂ ਨੇ ਇੱਕ ਲਫ਼ਜ਼ ਵਰਤਿਆ, ਕਰਮੀ ਆਪੋ ਆਪਣੀ, ਕਰਮ ਹਰ ਕਿਸੇ ਦੇ ਆਪਣੇ ਨੇ। ਉਹ ਕਰਮ ਉਹਦੇ ਭਰਮ ਨਾਲ ਜੁੜ ਕੇ ਉਹ ਬੇਮੁੱਖ ਹੋਇਆ ਹੋਇਆ ਕਿ ਉਹਦੇ ਕਰਮ ਧਰਮ ਨਾਲ ਜੁੜ ਕੇ ਸਣਮੁੱਖ ਹੋਇਆ ਹੋਇਆ, ਗੁਰਮੁੱਖ ਹੋਇਆ ਹੋਇਆ? ਕਿਉਂਕਿ ਗੁਰੂ ਨੇ ਜਿਹੜਾ ਕਰਮ ਕਰਵਾਉਣਾ ਹੈ ਉਹ ਧਰਮ ਦੇ ਘੇਰੇ ਵਿੱਚ ਲਿਆ ਕੇ ਕਰਾਉਣਾ। ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਹੁਣ ਦੋ ਪਾਸੇ ਖੜਾ ਮਨੁੱਖ ਨੇ ਸੋਚਣਾ ਕਿ ਮੈਂ ਆਪਣਾ ਕਰਮ ਭਰਮ ਨਾਲ ਜੋੜਾ ਕਿ ਧਰਮ ਨਾਲ ਜੋੜਾ। ਹੁਣ ਜ਼ਰਾ ਆਪਣੇ ਅੰਦਰ ਝਾਤ ਮਾਰਿਓ, ਸਾਨੂੰ ਪਤਾ ਲੱਗ ਜਾਏਗਾ ਸਾਡੇ ਧਰਮ ਨੂੰ ਕਿਉਂ ਖਤਰਾ ਹੈ, ਕਿਉਂਕਿ ਧਰਮ ਕਮਜ਼ੋਰ ਹੋ ਗਿਆ। ਕਮਜ਼ੋਰ ਨੂੰ ਹਮੇਸ਼ਾ ਖਤਰਾ ਹੁੰਦਾ। ਗੁਰੂ ਨੇ ਇੱਕ ਲਫ਼ਜ਼, ਇੱਕ ਇਲਾਜ ਦੱਸਿਆ। ਮੈਂ ਕੀਤੀ ਸੀ ਨਵਸ ਤੇ ਹੱਥ ਧਰਿਆ ਸੀ,
ਉਹ ਵੇਖਦਾ ਹੈ ਕਿ ਜਿੰਦੇ ਧਰਮ ਨੂੰ ਖਤਰਾ ਹੈ, ਆਖਰ ਕਿਉਂ ਖਤਰਾ ਹੈ, ਕਮਜ਼ੋਰ ਕਿਉਂ ਹੈ, ਇਹ ਬਲਵਾਨ ਕਿਉਂ ਨੇ? ਦੋ ਹਰਫੀ ਜਵਾਬ ਲੱਭੇ ਜਾਣ, ਜਿਵੇਂ ਵੈਦ ਨਬਜ਼ ਵੇਖ ਕੇ ਕਹਿੰਦਾ ਤੇਰਾ ਰੋਗ ਆ ਹੈ ਤੇ ਤੂੰ ਤੰਦਰੁਸਤ ਬਲਵਾਨ ਕਿਉਂ ਹੋ ਸਕੇਗਾ। ਲਓ ਹੁਣ ਉਸ ਲਾਈਨ ਨੂੰ ਦੁਬਾਰਾ ਪੜ੍ਹੀਏ ਤੇ ਫਿਰ ਉਹਦੀ ਵਿਚਾਰ ਕਰੀਏ। ਕਹਿੰਦੇ ਨੇ ਖਤਰਾ ਕੋਈ ਨਾ ਹੋਵੇ, ਇਹ ਹਮੇਸ਼ਾ ਲਈ ਅਟਲ ਹੈ, ਇਹਨੂੰ ਕੋਈ ਖਤਰਾ ਨਹੀਂ। ਪਰ ਸਾਬਤ ਕਦਮੀ ਹੋਵੇ, ਦ੍ਰਿੜਤਾ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਸੁੰਦਰ ਐਗਜ਼ਾਮਪਲ ਦੇ ਕੇ ਇੱਕ ਥਾਂ 'ਤੇ ਆਖਿਆ, ਕਹਿਣ ਲੱਗੇ ਧਰਤੀ ਉੱਪਰ ਕੋਟ ਗੜ ਬਚਾਲ ਕਮੰਦੇ। ਧਰਤੀ 'ਤੇ ਬੜੇ ਕਿਲੇ ਉਸਾਰੇ, ਬੜੇ ਵੱਡੇ ਵੱਡੇ ਗੜ ਬਣਾਏ ਰਾਜਿਆਂ ਮਹਾਰਾਜਾਂ ਬਾਦਸ਼ਾਹਾਂ ਨੇ, ਉਹਦੀਆਂ ਬੁਨਿਆਦਾਂ ਨੀਹਾਂ ਬੜੀਆਂ ਡੂੰਘੀਆਂ ਰੱਖੀਆਂ। ਪਰ ਜਦੋਂ ਭੁਚਾਲ ਆਏ ਨਾ, ਡੂੰਘੀਆਂ ਬੁਨਿਆਦਾਂ ਵਾਲੇ, ਵੱਡੀਆਂ ਵੱਡੀਆਂ ਨੀਹਾਂ ਵਾਲੇ ਕੋਟ ਗੜ ਵੀ ਕੰਬ ਗਏ, ਨੀਹਾਂ ਹਿੱਲ ਗਈਆਂ, ਬੁਨਿਆਦਾਂ ਹਿੱਲ ਗਈਆਂ। ਖਤਰਾ ਹੋ ਗਿਆ ਨਾ, ਭੁਚਾਲ ਉਹਨਾਂ ਲਈ ਖਤਰਾ ਹੈ। ਹਾਲਾਂਕਿ ਗੜ ਕੋਟ ਹੈ, ਧਰਤੀ ਉੱਪਰ ਕੋਟ ਕਰ ਭੁਚਾਲ ਕਮੰਦੇ। ਫਿਰ ਕਹਿਣ ਲੱਗੇ ਅਗਲੀ ਲਾਈਨ ਵਿੱਚ, ਝੱਖੜਾ ਆਏ ਤਰਵਣਾ ਸਰਬੱਤ ਹਲੰਦੇ। ਜਦੋਂ ਡੂੰਘੇ ਡੂੰਘੀਆਂ ਜੜ੍ਹਾਂ ਰੱਖਣ ਵਾਲੇ ਵੱਡੇ ਵੱਡੇ ਸਦੀਆਂ ਤੋਂ ਖਲੋਤੇ ਹੋਏ ਦਰਖਤ ਜਿਹੜੇ ਨੇ, ਜਿਹਨਾਂ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ, ਜਦੋਂ ਤੇਜ਼ ਹਵਾਵਾਂ ਝੱਖੜ ਤੂਫਾਨ ਆਉਂਦੇ ਨੇ, ਉਹ ਜੜ੍ਹਾਂ ਤੋਂ ਟੁੱਟੇ ਜਾਂਦੇ ਨੇ। ਕਿੰਨੀਆਂ ਕੁ ਜੜ੍ਹਾਂ ਉਹਨਾਂ ਦਾ ਸਾਥ ਦਿੰਦੀਆਂ ਨੇ, ਕਮਜ਼ੋਰ ਉਹਨਾਂ ਦੀ ਬਲਵਾਨਤਾ, ਉਹਨਾਂ ਦੀ ਸ਼ਕਤੀ ਸੀਮਤ, ਉਹਨਾਂ ਨੂੰ ਝੱਖੜਾਂ ਦਾ ਤੂਫਾਨਾਂ ਦਾ ਖਤਰਾ। ਝੱਖੜਾ ਏ ਤਰਵਰਾ ਸਰਬੱਤ ਹਲੰਦੇ। ਫਿਰ ਤੇ ਬਸ ਨਹੀਂ, ਕਹਿਣ ਲੱਗੇ ਡਰ ਲੱਗੇ ਉਜਾੜ ਨੂੰ ਸਭ ਘਾਵ ਜਲਦੇ। ਜਦੋਂ ਜੰਗਲ ਨੂੰ ਅੱਗ ਲੱਗ ਜਾਏ, ਜੰਗਲਾਂ ਨੂੰ ਅੱਗ ਲੱਗਦੀ ਹੈ, ਉਸ ਵੇਲੇ ਸਾਰੀ ਹਰਿਆਵਲ ਚੱਲ ਜਾਂਦੀ ਹੈ, ਕੋਈ ਵਿਰਲਾ ਤੀਲਾ ਰਹਿ ਜਾਂਦਾ ਜਿਹੜਾ ਹਰਾ ਰਹਿ ਜਾਏ। ਭਾਈ ਸਾਹਿਬ ਨੇ ਵੀ ਉਹ ਗੱਲ ਆਖੀ, ਕੋਈ ਹਰੇ ਬੂਟ ਰਹੇ, ਗੁਰਬਾਣੀ ਨੇ ਵੀ ਆਖੀ ਕੋਈ ਹਰਾ ਬੂਟਾ ਰਹਿ ਗਿਆ, ਸੌਰੀ ਜਲ ਗਿਆ, ਡਰ ਲੱਗੇ ਉਜਾੜ ਨੂੰ ਸਭ ਘਾਓ ਜਲੰਦੇ। ਤੇ ਅਖੀਰਲੀ ਲਾਈਨ ਅੰਦਰ ਭਾਈ ਸਾਹਿਬ ਕਹਿਣ ਲੱਗੇ, ਸਾਂਗੇ ਅੰਦਰ ਸਾਂਭਤੇ ਸਵੇਰਲੇ ਬੰਦੇ। ਦ੍ਰਿੜਤਾ ਨੇ, ਭਰੋਸਾ ਨੇ, ਅੰਦਰ ਕਮਜ਼ੋਰ ਨੇ, ਆਤਮਾ ਕਮਜ਼ੋਰ, ਵਿਸ਼ਵਾਸ ਨੇ, ਰੱਬ ਤੇ ਵੀ ਵਿਸ਼ਵਾਸ ਨੇ, ਗੁਰੂ ਤੇ ਵੀ ਵਿਸ਼ਵਾਸ ਨੇ। ਕਹਿਣ ਲੱਗੇ ਇਹੋ ਜਿਹੇ ਮਨੁੱਖ ਇਹ ਨਹੀਂ ਆਖਣਗੇ ਮੇਰੇ ਧਰਮ ਨੂੰ ਖਤਰਾ, ਤੇ ਕੀ ਆਖਣਗੇ? ਸਵਾਲ ਤੋਂ ਬਣੇ ਸਾਡੀ ਆਵਾਜ਼ ਵੀ ਮੇਰੇ ਧਰਮ ਨੂੰ ਖਤਰਾ ਹੈ, ਧਰਮ ਤੇ ਅਟੈਕ ਹੋ ਰਿਹਾ ਜੀ। ਤੇਰਾ ਧਰਮ ਇੰਨਾ ਕਮਜ਼ੋਰ ਹੈ? ਹੁਣ ਸਵਾਲ ਹੈ ਵੀ ਇਹ ਕਮਜ਼ੋਰੀ ਕਿੱਥੋਂ ਪੈਦਾ ਹੋਈ ਹੈ? ਰੋਗ ਦਾ ਇਲਾਜ ਵੀ ਹੈ ਨਾ, ਇਹ ਕਮਜ਼ੋਰੀ ਪੈਦਾ ਕਿੱਥੋਂ ਹੋਈ ਹੈ, ਇਹ ਦੂਰ ਕਿਵੇਂ ਹੋਈ? ਲਓ ਇਸ ਗੱਲ ਦਾ ਜਵਾਬ ਇਹਨਾਂ ਹੀ ਦੋ ਲਾਈਨਾਂ ਵਿੱਚ ਕਹਿੰਦੇ ਨੇ। ਸਭ
अचानक तेरा धर्म अटल होवे, तेनू कोई खतरा ना होवे, कभी तेनू फिक्र चिंता ही ना होवे कि मेरे धर्म नू भी कोई खतरा हो सकता है। मेरा दुनिया का मनुख नहीं चाहता कि जिस धर्म विच मैं रहा वो धर्म इन्ना अटल होवे, उन्हें कोई खतरा ना होवे। कह लगे ले मैं तेनू दसना कि तेरा धर्म बलवान किवें हो सकता है ते कमजोर किवें होया है। जिस दिन तू अपनी वो कमजोरी दूर कर ली ना, जिस दिन तू उस रोग का इलाज कर रहा, तेरा धर्म इन्ना बलवान हो जाएगा, इन्ना बलवान हो जाएगा कि कहो नानक अटल एहो धर्म, फिर तेनू फिक्र ते चिंता नहीं रहे, कभी तेनू ये आखण की लोड़ ही नहीं पासेगी कि मेरे धर्म नु खतरा है। जी दसो केड़ा तरीका है इत्थे खड़े हो, सारे अपने चुगरदे विच चाक मारियो भी गुरु ने जो कुछ आख्या है। गुरु अर्जुन पातशाह जी का शब्द है जो कुछ आख्या है, पर साडे जीवन विच कटिया है कह दे कर्म जेड़ा है वो इधर जाता है तो भरम जुड़ता है, सारे कर्म भरमी हो जाते, मनुख भरमी भी तो कर्म ही करता, जरा कर्म करता है कर्म ही तो करता, तो धर्मी भी तो कर्म ही करता। कर्म तो एक ऐसा साझा लफज है जोड़ा धर्मी भी जुड़िया होया भरमी भी जुड़िया हो, पर फर्क की है, धर्म नूं कमजोर कर रहे हैं, धर्म नूं बलवान कर रहे हैं, उनके धर्म नूं हर वेक खतरा, और जिन्ना भरम ज्यादा होगा उन्ना ही धर्म नूं खतरा ज्यादा होगा। तज सब भरम कह लगे, जे अपना खतरा टालना चाहना है तो चुगिरदे चात मार, जिन्ने कर्मां नू तू भरमां विच अडंबर विच घेर लिया है वो सारे त्याग दे, छड़ दे, पता ही हुण ते तेरे जीवन दे धर्म दे जीवन दा हर पहलू भरम विच रुकिया होया है, भरम विच रुकिया होया है। जे किसे ने दाड़ा प्रकाश कर लिया, कहता जिन्हें दाड़ा बन लिया वो सिख ने, धर्म तो खतरा पैदा हो गया दाड़ा बन ला, धर्म नु खतरा। हालांकि केस शरीर का अंग ने, मैं एक बार की सर्जन ते जथेदार दिल्ली वाले सरदार चंद सिंह की आपसी गलबात जो सामने हुई, सुरजन उन्होंने मिल गए दिल्ली में, सामने दी गल मिल गए तो वो दाड़ा बनते सन, उन्होंने वेख के दोनों आपस में दोस्त सन, दूरों वेख के कह लगे जथेदार जी इन्हें की गुनाह किया है इन बन छड़िया, जथेदार जी इन्हें की गुनाह किया इन बन छड़िया। अगों वो भी मजाकिया सन दोस्त सन, कह लगे संत जी फिर इन्होंने की गुनाह किया इन्हों बन छड़िया जे, इन्हें भी खोल शरीर दे दोनों अंग ने वो भरिया। ਇਹ ਗੱਲ ਰੱਖਣੀ ਹੈ, ਤੈਨੂੰ ਕੀ ਚੰਗਾ, ਸਮਾਜ ਨੂੰ ਕੀ ਚੰਗਾ ਲੱਗਦਾ, ਤੂੰ ਕਿਵੇਂ ਆਪਣੀ ਸਿੱਖੀ ਦਾ ਪ੍ਰਗਟਾਵਾ ਕਰਨਾ ਚਾਹੁੰਦਾ, ਇੱਕ ਵੱਖਰਾ ਵਿਸ਼ਾ, ਪਰ ਇਹਨੂੰ ਧਰਮ ਦਾ ਵਿਸ਼ਾ ਨਾ ਬਣਾ, ਧਰਮ ਕਮਜ਼ੋਰ ਹੋ ਜਾਏਗਾ। ਲੋ ਧਰਮ ਕਮਜ਼ੋਰ ਕਿਉਂ ਹੋ ਰਿਹਾ, ਧਰਮ ਨੂੰ ਖਤਰਾ ਕਿਹੜੀ ਚੀਜ਼ ਤੋਂ, ਕਿਉਂਕਿ ਦੁਸ਼ਮਣ ਨੂੰ
ਪਤਾ ਲੱਗ ਗਿਆ ਇਹਦਾ ਧਰਮ ਤਾਂ ਭਰਮ ਵਿੱਚ ਫਸ ਗਿਆ, ਜਿਸ ਚੀਜ਼ ਨੂੰ ਹੱਥ ਪਾਵਾਂਗਾ ਉੱਥੋਂ ਹੀ ਇਹਦੇ ਧਰਮ ਨੂੰ ਖਤਰਾ ਹੋ ਜਾਏਗਾ, ਜਿਸਨੂੰ ਹੱਥ ਪਾਵਾਂਗਾ ਉੱਥੇ ਹੀ ਇਹਦੇ ਧਰਮ 'ਤੇ ਅਟੈਕ ਹੋ ਜਾਏਗਾ। ਬੜੀ ਆਸਾਨੀ ਨਾਲ ਇਹਨੂੰ ਘਬਰਾਉਣਾ ਪਰੇਸ਼ਾਨ ਕਰਨਾ ਬਹੁਤ ਸੌਖਾ। ਜੇ ਕਿਸੇ ਨੇ ਜਿਹੜਾ ਪ੍ਰਕਾਸ਼ ਨਾ ਕੀਤਾ ਧਰਮ ਨੂੰ ਖਤਰਾ। ਅੱਜ ਮੈਨੂੰ ਸਿੰਘ ਦੱਸ ਰਿਹਾ ਸੀ ਮਨਜੀਤ ਸਿੰਘ ਕੋਲ ਬੈਠਾ, ਕਹਿੰਦੇ ਕਿ ਮੈਂ ਬੱਸ 'ਤੇ ਜਾ ਰਿਹਾ ਸੀ, ਕੋਈ ਨੌਜਵਾਨ ਬੱਚਾ ਮਿਲਿਆ ਅਤੇ ਉਹਨੇ ਆਖਿਆ ਆਹ ਦਸਤਾਰ ਤੁਸੀਂ ਜਿਹੜੀ ਬਣੀ ਹੋਈ ਹੈ ਤਾਂ ਗੁਰਮੁਖ ਵਿੱਚ ਪ੍ਰਵਾਨ ਨਹੀਂ, ਇਹ ਤਾਂ ਮਨ ਮੱਤ ਹੈ। ਕਿਉਂ? ਦਮਾਲਾ ਹੀ ਸਿਰਫ ਗੁਰਮੁਖ ਸੀ ਪ੍ਰਵਾਨ, ਸਿੱਖ ਦੀ ਦਸਤਾਰ ਕੇਵਲ ਗੁਰੂ ਦੁਆਲਾ, ਇਸ ਕਿਸਮ ਦੀ ਦਸਤਾਰ ਸਜਾਈ ਹੋਈ ਗੁਰਮਤ ਨਹੀਂ ਮਨਮਤ। ਸੋਚੋ ਧਰਮ ਲਈ ਖਤਰਾ ਹੋ ਗਿਆ, ਬੜਾ ਆਸਾਨ ਬੜਾ ਸੌਖਾ। ਜਿਹਨੇ ਦੁਆਲਾ ਸਜਾ ਲਿਆ ਉਹ ਧਰਮੀ ਹੋ ਗਿਆ, ਜਿਹਨੇ ਦੁਆਲਾ ਨਹੀਂ ਸਜਾਇਆ। ਗੱਲ ਹੈ ਕਿ ਕੇਸ ਹਿਫਾਜ਼ਤ ਅਤੇ ਸਤਿਕਾਰ ਨਾਲ ਰੱਖਣ, ਸੰਭਾਲ ਕੇ ਰੱਖਣ ਦਾ ਜ਼ਰੀਆ ਸਨ। ਜੇ ਕਿਸੇ ਨੇ ਅੱਜ ਤੁਸੀਂ ਅਸਥਾਨਾਂ 'ਤੇ ਕਹੀ ਤਾਂ ਮੈਂ ਤੁਹਾਡੇ ਸਾਹਮਣੇ ਸਿਰਫ ਰੋਜ਼ਾਨਾ ਜ਼ਿੰਦਗੀ ਵਿੱਚੋਂ ਇੱਕ ਗੱਲ ਅੱਜ ਗੁਰਬਾਣੀ ਦੀ ਮੇਰੇ ਸਾਹਮਣੇ ਆਈ ਅਤੇ ਕਹਿਣਾ ਚਾਹੁੰਦਾ। ਛੋਟਾ ਬੱਚਾ ਬੈਠਾ ਕਹਿਣ ਲੱਗਾ ਸਟੇਜ ਤੋਂ ਕੀਰਤਨ ਕਰਨ ਵੇਲੇ ਮੈਨੂੰ ਰੋਕ ਦਿੱਤਾ ਗਿਆ, ਤੂੰ ਪੈਂਟ ਪਾਈ ਹੋਈ ਹੈ, ਦਾੜਾ ਬਣਿਆ ਹੋਇਆ, ਤੂੰ ਕੀਰਤਨ ਨਹੀਂ ਕਰ ਸਕਦਾ। ਗੁਰਬਾਣੀ ਨੂੰ ਖਤਰਾ ਪੈਦਾ ਹੋ ਜਾਂਦਾ ਜੇ ਕਿਸੇ ਨੇ ਪੈਂਟ ਪਾ ਲਈ ਤਾਂ ਉਹਦਾ ਗੁਰਬਾਣੀ ਨੂੰ ਖਤਰਾ। ਗੁਰਬਾਣੀ ਸਾਡਾ ਧਰਮ ਹੈ, ਗੁਰਬਾਣੀ ਸਾਨੂੰ ਜੀਵਨ ਦਾ ਰਾਹ ਦੱਸਣਾ ਸੀ। ਹਾਂਜੀ ਸਿੰਘ ਦੱਸਿਆ ਉਹ ਭਲੇ ਹੋ, ਅਸੀਂ ਚੌਗਿਰਦੇ ਵੇਖੀਏ ਸਾਰਾ ਕੁਝ ਤੇ ਅਸੀਂ ਭਰਮ ਵਿੱਚ ਬਿਠਾਈ ਬੈਠੇ ਹਾਂ। ਜਿਸ ਕਿਸੇ ਨੇ ਪੈਰ ਵਿੱਚ ਰਾਹ ਪਾ ਲਈ ਤਾਂ ਉਹ ਧਰਮ ਹੀ ਨਾ ਰਿਹਾ। ਜਦੋਂ ਸਾਡਾ ਸਭ ਕੁਝ ਭਰਮ ਵਿੱਚ ਚਲਾ ਗਿਆ ਤੇ ਭਰਮ ਇੱਕ ਉਹ ਚੀਜ਼ ਹੈ ਜਿਹੜਾ ਹਰ ਇੱਕ ਆਦਮੀ ਨੂੰ ਕੇਵਲ ਦਿਖਾਵੇ ਮਾਤਰ ਦਿਸਦਾ, ਜਿਹੜਾ ਕਰਮ ਪਖੰਡ ਬਣ ਜਾਏ, ਕੇਵਲ ਦਿਖਾਵਾ ਬਣ ਜਾਏ, ਕੇਵਲ ਭੇਖ ਬਣ ਜਾਏ। ਗੁਰੂ ਨੇ ਐਵੇਂ ਨਹੀਂ ਆਖਿਆ, ਕਹਿਣ ਲੱਗੇ ਧਰਮ ਨਾਮ ਥੱਲੇ ਜਦੋਂ ਕਰਮ ਕਾਂਡ ਪਖੰਡ ਪੈਦਾ ਹੋ ਜਾਏ ਉਹ ਫਿਰ ਧਰਮ ਨਹੀਂ ਜੇ ਰਹਿੰਦਾ, ਫੈਸਲਾ ਬਣਦਾ ਹੈ। ਜੇ ਧਰਮ ਨੂੰ ਖਤਰਾ ਟਾਲਣਾ ਚਾਹੁੰਦਾ ਤੇ ਭਰਮਾਂ ਤੋਂ ਬਾਹਰ ਨਿਕਲੇਗਾ, ਜੇ ਕੱਚ ਦੇ ਗਲਾਸ ਵਿੱਚ ਪਾਣੀ ਪੀ ਲਿਆ ਤਾਂ ਸਿੱਖ ਨੇ ਤੇਰੇ ਸਾਹਮਣੇ ਵਾਪਰਦੀਆਂ ਨਹੀਂ ਵਾਪਰਦੀਆਂ ਨਹੀਂ। ਕੱਚ ਦੇ ਗਲਾਸ ਵਿੱਚ ਪਾਣੀ ਪੀ ਲਿਆ ਤਾਂ ਇਹ ਧਰਮੀ ਨਹੀਂ। ਜੇ ਇਹਨੇ ਚੀਨੀ ਦੀ ਪਲੇਟ ਵਿੱਚ ਲੰਗਰ ਛਕ ਲਿਆ, ਪ੍ਰਸ਼ਾਦਾ ਛਕ ਲਿਆ ਤਾਂ ਇਹ ਇਹਦੇ ਧਰਮ ਨੂੰ ਖਤਰਾ। ਕਿੰਨੇ ਖਤਰੇ ਤੇ ਅਸੀਂ ਆਪ ਪੈਦਾ ਕਰ ਬੈਠੇ ਹਾਂ, ਫਿਰ ਕਹਿੰਦੇ ਹਾਂ ਸਾਡੇ ਧਰਮ ਨੂੰ ਖਤਰਾ। ਇੱਕ ਖਿਆਲ ਕਰਿਓ, ਉਹ ਖਤਰਾ ਜਿਹੜਾ ਸਾਡੇ ਧਰਮ ਨੂੰ ਕਿਸੇ ਵੱਲੋਂ ਪੈਦਾ ਕੀਤਾ ਹੋਇਆ ਹੈ, ਉਹਦਾ ਹਥਿਆਰ ਵੀ ਅਸੀਂ ਉਹਨੂੰ ਆਪ ਦਿੱਤਾ ਹੈ। ਦੁਕਾਨ ਸਾਡਾ ਹੀ ਹੈ, ਨਹੀਂ ਤਾਂ ਗੁਰੂ ਦੇ ਬਖਸ਼ੇ ਹੋਏ ਧਰਮ ਨੂੰ ਕਦੀ ਖਤਰਾ ਨਹੀਂ ਹੋ ਸਕਦਾ। ਤੇ ਗੁਰੂ ਕੋਲ ਪੁੱਛੋ ਜੀ, ਜਿਸ ਧਰਮ ਨੂੰ ਖਤਰਾ ਨਹੀਂ ਉਹ ਧਰਮ ਕੀ ਹੈ, ਮੈਨੂੰ ਸਮਝਾ ਦਿਓ। ਤੇ ਗੁਰੂ ਦੁਆਰਫੀ ਜਵਾਬ ਦੇਵੇਗਾ, ਸਰਬ ਧਰਮ ਮੈਂ
ਪੁੱਛੀਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਬਸ ਚੰਗੇ ਕਰਮ ਕਰ ਕਿਸੇ ਦਾ ਦਿਲ ਨਾ ਦੁਖਾ ਚੋਰੀ ਨਾ ਕਰ ਪਰਾਇਆ ਹੱਕ ਨਾ ਖੋ ਮਹਿਰਾਨ ਅਸੀਂ ਇੱਕ ਪਾਸੇ ਇਹ ਕਹੀ ਜਾਂਦੇ ਹਾਂ ਕਿ ਗੁਰਪੀਰ ਹਮਤਾਂ ਭਲੇ ਜਾਂ ਮੁਰਦਾਰ ਨਾ ਖਾਏ ਪਰ ਉਹਦੀ ਪਹਿਲੀ ਧੁਕਣੀ ਪੜਦੇ ਵੀ ਉਹ ਮੁਰਦਾਰ ਕੀ ਹੈ ਹੱਕ ਪਰਾਇਆ ਨਾਨਕਾ ਉਹ ਸੂਰਸ ਗਾਏ ਉਹ ਨਹੀਂ ਪੜਦੇ ਅਸੀਂ ਧਰਮ ਦਾ ਆਪਣੀ ਮਰਜ਼ੀ ਦਾ ਡਿਜ਼ਾਈਨ ਕਰ ਲਿਆ ਧਰਮ ਨੂੰ ਤੇ ਉਹ ਕੀਤਾ ਧਰਮ ਦੇ ਨਾਮ ਥੱਲੇ ਧਰਮ ਧਰਮ ਦੇ ਉਜਾਰਾਂ ਨਾਲ ਉਹਦਾ ਨਤੀਜਾ ਹੈ ਸਾਡਾ ਧਰਮ ਇੰਨਾ ਕਮਜ਼ੋਰ ਹੋ ਗਿਆ ਹੈ ਇੰਨਾ ਸਤਾਹੀਨ ਹੋ ਗਿਆ ਹੈ ਕਿ ਜਿਹੜਾ ਮਰਜ਼ੀ ਉੱਠਦਾ ਸਾਡੇ ਧਰਮ ਲਈ ਖਤਰਾ ਬਣ ਜਾਂਦਾ ਹੈ ਪਤਾ ਇਹਦੇ ਚਾਚ ਪਰੇ ਖਤਰ ਕਿਸੇ ਪਾਸੋਂ ਕਿਸੇ ਦਰਵਾਜ਼ੇ ਨੂੰ ਲੱਗ ਜਾ ਇਹਨੇ ਖਤਰਾ ਹੀ ਖਤਰਾ ਮਹਿਸੂਸ ਕਰਨਾ ਪਰ ਗੁਰੂ ਨੇ ਬੜੀ ਖੂਬਸੂਰਤ ਗੱਲ ਆਖੀ ਇੱਥੋਂ ਤੱਕ ਕਹਿਤਾ ਮੈਂ ਕਹਿਣ ਲੱਗੇ ਕੀ ਦੇਖਣਾ ਔਖਦ ਮੰਤਰ ਤੰਤਰ ਸਭ ਛਾਰ ਜਿਨਮੇ ਔਖਦੀਆਂ ਮੰਤਰ ਤੰਤਰ ਏਕਾਦਸ਼ੀਆਂ ਦੇ ਵਰਤ ਜੋ ਕੁਝ ਵੀ ਸੰਸਾਰ ਅੰਦਰ ਤੂੰ ਕਰ ਰਿਹਾ ਭਾਵੇਂ ਦੀਵੇ ਜਗਾ ਰਿਹਾ ਭਾਵੇਂ ਆਰਤੀਆਂ ਕਰ ਰਿਹਾ ਭਾਵੇਂ ਕੁੰਭ ਤੇ ਨਾਰੀਅਲ ਰੱਖ ਰਿਹਾ ਇਹ ਸਭ ਧਰਮ ਦੇ ਅਧੀਨ ਕਰ ਰਿਹਾ ਜੇ ਕਿਸੇ ਅਖੰਡ ਪਾਠ ਤੇ ਨਾਰੀਅਲ ਤੇ ਦੀਵਾ ਤੂੰ ਬੱਤੀ ਨਾ ਬਸ ਜੀ ਅਖੰਡ ਪਾਠ ਖੰਡਨ ਹੋ ਗਿਆ ਉਹਨੂੰ ਵੀ ਖਤਰਾ ਕਿਵੇਂ ਗੁਰਬਾਣੀ ਨੂੰ ਖਤਰਾ ਪੈਦਾ ਹੋ ਗਿਆ ਹੈ ਜਪਜੀ ਸਾਹਿਬ ਨੂੰ ਕੀ ਖਤਰਾ ਹੈ ਜੇ ਨਾਰੀਅਲ ਨਾ ਰੱਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੀ ਖਤਰਾ ਹੈ ਜੇ ਕੁੰਭ ਨਾ ਰੱਖੋ ਗੁਰਬਾਣੀ ਇਸ ਜਗ ਮੈਂ ਚਾਨਣ ਪਰ ਉਸ ਚਾਨਣ ਵਿੱਚ ਅਸੀਂ ਨਹੀਂ ਆ ਰਹੇ ਨਹੀਂ ਇਸ ਲਈ ਆ ਰਹੇ ਕਿਉਂਕਿ ਭਰਮ ਵਿੱਚ ਸਮਾਏ ਭਰਮਾਂ ਨੇ ਸਾਡੇ ਜੀਵਨ ਦੇ ਧਰਮ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਹੈ ਕਮਜ਼ੋਰ ਕਰ ਦਿੱਤਾ ਹੈ ਕਿ ਹਰ ਕੋਈ ਉੱਠਦਾ ਸਾਡੇ ਧਰਮਾਂ ਲਈ ਖਤਰਾ ਬਣ ਜਾਂਦਾ ਉਹ ਨਹੀਂ ਬਣਦਾ ਸਾਡੇ ਦਿੱਤੇ ਹੋਏ ਹਥਿਆਰ ਬਣਦੇ ਨੇ ਉਹਨੂੰ ਹਥਿਆਰ ਭਰਮਾਂ ਦੇ ਅਸੀਂ ਆਪ ਦਿੰਦੇ ਅਤੇ ਗੁਰੂ ਅਰਜਨ ਪਾਤਸ਼ਾਹ ਅੱਜ ਦੇ ਸ਼ਬਦ ਵਿੱਚ ਇੱਕ ਗੱਲ ਆਖਦੇ ਨੇ ਕਹਿੰਦੇ ਨੇ ਭਰਿਆ ਸਭ ਕੁਝ ਖਾਤ ਹੈ ਛਾਤ ਹੈ ਬਰਖਾਤ ਮਿੱਟੀ ਇਹਨਾਂ ਦੀ ਕੋਈ ਵੈਲਿਊ ਨਹੀਂ ਥਾਂ ਦੇ ਇਹਨਾਂ ਮੰਤਰਾਂ ਤੰਤਰਾਂ ਨੇ ਤੇ ਇਹਨਾਂ ਕਰਮ ਕਾਂਡਾਂ ਨੇ ਜੀਵਨ ਦੇ ਭਰਮਾਂ ਨੇ ਤੈਨੂੰ ਧਰਮ ਦੇ ਗ੍ਰਹਿ ਵਿੱਚ ਪ੍ਰਵੇਸ਼ ਹੀ ਨਹੀਂ ਕਰਨ ਦੇਣਾ ਕੋਈ ਖਤਰਾ ਨਹੀਂ ਰਹੇਗਾ ਕਹੋ ਨਾਨਕ
ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਸਾਡੇ ਕੀ ਹੈ ਜੇ ਕਿਸੇ ਦੇ ਅੱਜ ਦੇ ਹਾਲਾਤ ਮੁਤਾਬਕ ਗੋਡੇ ਨਹੀਂ ਬੈਠਣ ਦਿੰਦੇ ਅਤੇ ਜੇ ਉਹਨੇ ਰੋਟੀ ਕੁਛ ਚੇਅਰ 'ਤੇ ਬੈਠ ਕੇ ਖਾ ਲਈ ਤਾਂ ਉਹਦੀ ਧਰਮ ਨਹੀਂ ਰਿਹਾ ਵਿਦ ਵੀ ਹੋ ਗਈ ਉਹ ਭਰਿਆ ਕਿੰਨੀ ਦੇਰ ਇਹਨਾਂ ਭਰਮਾਂ ਵਿੱਚ ਜੀ ਜੇ ਕੇ ਆਪਣੇ ਧਰਮ ਨੂੰ ਇੰਨਾ ਕਮਜ਼ੋਰ ਕਰ ਲਿਆ ਕਿ ਅੱਜ ਸਾਰੇ ਧਰਮਾਂ ਵਿੱਚੋਂ ਕਦੀ ਸੱਚਾਈ ਦੇਖਿਓ ਸਭ ਤੋਂ ਜ਼ਿਆਦਾ ਖਤਰੇ ਦੀ ਆਵਾਜ਼ ਸਾਡੇ ਧਰਮ ਵੱਲੋਂ ਆਏ ਸਭ ਤੋਂ ਜ਼ਿਆਦਾ ਖਤਰੇ ਸਾਰੇ ਧਰਮ ਨੂੰ ਖਤਰਾ ਪੰਥ ਨੂੰ ਖਤਰਾ ਗ੍ਰੰਥ ਨੂੰ ਖਤਰਾ ਇਹ ਜੀ ਗੱਲ ਜਿੰਨਾ ਗੁਰੂ ਨੇ ਇਸ ਧਰਮ ਨੂੰ ਮਹਿਫੂਜ਼ ਕੀਤਾ ਸੀ ਧਰਮਾਂ ਤੋਂ ਕੱਢ ਕੇ ਪਰਮੀਤਾ ਮਿਟਾਏ ਨੇ ਗੁਰੂ ਔਰ ਇੱਥੋਂ ਤੱਕ ਕਹਿ ਦਿੱਤਾ ਗੁਰੂ ਨੇ ਵੀ ਜਿਸ ਗੁਰੂ ਦੇ ਹੁੰਦਿਆਂ ਹੋਇਆਂ ਸਿੱਖ ਦੇ ਭਰਮ ਹੀ ਨਾ ਮਿਟਣ ਐਸੇ ਗੁਰੂ ਨੂੰ ਕੀ ਕਰਨਾ ਸਾਨੂੰ ਨੇ ਬਾਣੀ ਵਿੱਚ ਆਖਿਆ ਮਾਏ ਮੁੰਡੋ ਤੇ ਇਸ ਗੁਰੂ ਕੀ ਕਿੱਡੀ ਵੱਡੀ ਸਜ਼ਾ ਮਾਂ ਨੂੰ ਦੇ ਦਿੱਤੀ ਗੁਰੂ ਦੀ ਮਾਂ ਨੂੰ ਕਹਿਣ ਲੱਗੇ ਮੈਂ ਸਿਰ ਮੁੰਨਦਿਆਂ ਐਸੇ ਗੁਰੂ ਦੀ ਮਾਂ ਦਾ ਜਿਹੜੀ ਮਾਂ ਨੇ ਐਸਾ ਮਨੁੱਖ ਪੈਦਾ ਕੀਤਾ ਵੀ ਗੁਰੂ ਤਾਂ ਬਣ ਬੈਠਾ ਹੈ ਪਰ ਉਹ ਸਿੱਖ ਦਾ ਭਰਮ ਨਹੀਂ ਮਿਟਾ ਸਕਿਆ ਮਾਏ ਮੁੰਡੋ ਤਿਸ ਗੁਰੂ ਕੀ ਜਾਤੇ ਭਰਮ ਨਾ ਜਾਏ ਆਪ ਤਾਂ ਡੁੱਬ ਗਿਆ ਚੇਲੇ ਵੀ ਖਤਮ ਕਰ ਦਿੱਤੇ ਸਾਡੀ ਹਾਲਤ ਅੱਜ ਪਤਾ ਕਿੰਨਾ ਕਿੰਨਾ ਲੋਕਾਂ ਨੇ ਜਿਨ੍ਹਾਂ ਨੂੰ ਅਸੀਂ ਗੁਰੂ ਰੂਪ ਵਿੱਚ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਜ਼ਿਆਦਾ ਅਗਵਾਈ ਦੇ ਬੈਠੇ ਹਾਂ ਉਹ ਜੀ ਫਲਾਣੇ ਨੇ ਇਹ ਨਿਯਮ ਬਣਾਏ ਸਨ ਮੈਂ ਨਾਮ ਨਾ ਲਵਾਂ ਭਾਵੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਹੋਵੇ ਅਤੇ ਭਾਵੇਂ ਭਾਈ ਵੀਰ ਸਿੰਘ ਦਾ ਹੋਵੇ ਭਾਵੇਂ ਬਾਬਾ ਗੁਰਬਚਨ ਸਿੰਘ ਮਸਲਾ ਤਾਂ ਇਹ ਹੈ ਕਿ ਫਲਾਣੇ ਨੇ ਨਿਯਮ ਬਣਾਏ ਨੇ ਅਸੀਂ ਉਹ ਧਰਮ ਉਹ ਭਰਮ ਨਹੀਂ ਛੱਡਣੇ ਮੈਂ ਇੱਕ ਵਾਰ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖੀ ਸੀ ਕਿ ਆਪਣੇ ਘਰ ਪੰਜੇ ਸਿੰਘ ਸਾਹਿਬਾਨ ਅਸੀਂ ਪ੍ਰੋਗਰਾਮ ਤੋਂ ਬਾਅਦ ਵਾਪਸ ਘਰ ਆ ਗਏ ਉੱਥੇ ਜ਼ੀਰਪੁਰ ਦੁਪਹਿਰ ਦਾ ਟਾਈਮ ਸੀ ਮੈਂ ਆਖਿਆ ਪ੍ਰਸ਼ਾਦ ਛੱਕ ਲਓ ਤਿਆਰ ਕਰਾ ਲੈਣੇ ਘਰ ਉਹਨਾਂ ਵੇਖਿਆ ਵੀ ਘਰ ਵਿੱਚ ਨੌਕਰ ਜਿਹੜਾ ਹੈ ਉਹ ਗ੍ਰਿਫਤਾਰੀ ਨਹੀਂ ਕਹਿਣ ਲੱਗੇ ਜੋ ਨਹੀਂ ਅਸੀਂ ਤੁਹਾਡੇ ਘਰ ਪ੍ਰਸ਼ਾਦ ਨਹੀਂ ਛੱਕਣਾ ਕਿਉਂ ਕਰਨਾ ਚਲੋ ਵੀ ਹੋਰ ਕੁਛ ਛੱਕ ਲਓ ਆਖੇ ਅਸੀਂ ਫਰੂਟ ਛੱਕ ਲਵਾਂ ਮੈਂ ਆਪਣੀ ਕਿਤਾਬ ਵਿੱਚ ਫਰੂਟ ਛੱਕ ਲਵਾਂਗੇ ਮੈਂ ਨੇੜੇ ਜ਼ੀਰਕਪੁਰ ਛੋਟਾ ਜਿਹਾ ਉਹ ਤਾਂ ਬਹੁਤ ਵੱਡਾ ਹੋ ਗਿਆ ਉੱਥੇ ਇੱਕ ਦੋ ਦੁਕਾਨਾਂ ਸਨ ਫਰੂਟ ਦੀਆਂ ਭੇਜਿਆ ਕਿਸੇ ਨੂੰ ਉੱਥੋਂ ਜਾ ਕੇ ਉਹ ਕੇਲੇ ਸੰਤਰੇ ਮਿਲੇ ਲੈ ਆਇਆ ਕੇਲੇ ਤੇ ਐਪਲ ਵਗੈਰਾ ਲੈ ਆਇਆ ਉਹ ਲਿਆ ਕੇ ਪਲੇਟ 'ਚ ਪਾ ਕੇ ਅੱਗੇ ਨਹੀਂ ਨਹੀਂ ਉਹ ਸਿੰਘਾਂ ਤੋਂ ਇਹਨਾਂ ਨੂੰ ਇਸ਼ਨਾਨ ਨਹੀਂ ਕਰਾਇਆ ਮੇਵਾ ਸਿੰਘ ਕਰਕੇ ਸਾਡੇ ਕੋਲ ਡਰਾਈਵਰ ਹੁੰਦਾ ਸੀ ਸ਼੍ਰੋਮਣੀ ਕਮੇਟੀ ਦਾ ਉਹ ਵੀ ਬੜਾ ਮਜ਼ਾਕੀਆ ਸੀ ਪਹਿਲੇ ਦਿਨ ਤੋਂ ਜਥੇਦਾਰਾਂ ਦੇ ਨਾਲ ਰਿਹਾ ਸੀ ਉਹ ਕਹਿੰਦਾ ਜੀ ਮੈਂ ਇਸ਼ਨਾਨ ਕਰਾ ਲਿਆ ਨੇ ਉਹਨੇ ਸਾਰੇ ਕੇਲੇ ਅਤੇ ਸੰਤਰੇ ਜਾ ਕੇ ਛਿਲ ਕੇ ਟੁਕੜੇ ਕਰਕੇ ਸਭ ਫੜੀਆਂ ਵੱਖਰੀਆਂ ਕਰਕੇ ਪਾਣੀ ਦੀ ਬਾਲਟੀ 'ਚ ਪਾ ਦਿੱਤੀ ਅਤੇ ਉਵੇਂ ਪਾਣੀ ਦੀ ਬਾਲਟੀ ਲਿਆ ਕੇ ਅੱਗੇ ਰੱਖ ਦਿੱਤੀ ਕਹਿੰਦਾ ਜੀ ਫਿਰ ਤੁਸੀਂ ਆਖੋਗੇ ਸਾਡੇ ਹੱਥ ਲੱਗੇ ਨੇ ਆਪੇ ਕੱਢੀ ਚੱਲੋ ਅਤੇ ਖਾਈ ਚੱਲੋ ਤੁਸੀਂ ਸੋਚੋ ਇਹੋ ਜਿਹੇ ਲੋਕ ਭਲਾ ਧਰਮ ਨੂੰ ਅਟਲ ਬਣਾਉਣਗੇ ਜਿੰਨੇ ਅਸੀਂ ਭਰਮਾਂ ਵਿੱਚੋਂ ਜੀਵਨ ਬਾਹਰ ਨਹੀਂ ਕੱਢਾਂਗੇ ਸਾਡੇ ਧਰਮ ਨੂੰ ਖਤਰਾ ਖਤਰਾ ਕੋਈ ਨਹੀਂ ਖਤਰਾ ਅਸੀਂ ਆਪ ਆਓ ਜੇ ਧਰਮ ਨੂੰ ਅਟਲ ਚਾਹੁੰਦੇ ਹੋ ਤਾਂ ਕਹੋ ਨਾਨਕ ਅਟਲ ਇਹੋ ਧਰਮ ਕਹਿਣ ਲੱਗੇ ਕਿਵੇਂ ਉਹ ਹੈ ਤਦ ਸਭ ਭਰਮ ਸਾਰੇ ਭਰਮ ਛੱਡ ਦੇ ਭਜਿਓ ਭਾਰ ਬ੍ਰਹਮ ਇੱਕ ਰੱਬ ਨਾਲ ਇੱਕ ਪ੍ਰਭੂ ਨਾਲ ਜੁੜ ਫਿਰ ਵੇਖ ਤੇਰਾ
ਧਰਮ ਅਟਲ ਹੁੰਦਾ, ਕੋਈ ਖਤਰਾ ਨਹੀਂ ਹੁੰਦਾ ਇਹਨਾਂ ਸ਼ਬਦਾਂ ਨਾਲ ਕਿ ਮੈਂ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।